ਆਈ ਟਾਕ ਦੱਸ ਦੇ ਕਿਉਂ ਨੀ ਫਿਰ ਕਿੱਡਾ ਕ ਉਹ ਆ ਕੇ ਦੱਸਦਾ ਤੁਹਾਨੂੰ ਕਿ ਪੰਜਾਬ ਕਿਵੇਂ ਚੱਲਣਾ। ਦਿੱਲੀ ਚਲਾਈ ਨਹੀਂ ਜਾਂਦੀ ਉਹਨਾਂ ਤੋਂ ਤੇ ਪੰਜਾਬ ਚਲਾਉਣ ਆਉਂਦੇ ਆ ਮੇਰੇ ਵੀਰੋ। ਅੱਜ ਭਾਵੇਂ ਕਿਸਾਨ ਆ, ਤੁਸੀਂ ਕਿਸਾਨੀ ਨਾਲ ਸੰਬੰਧਿਤ ਬੈਠੇ ਹੋ। ਕੇਜਰੀਵਾਲ ਕੀ ਕਹਿੰਦਾ ਸੀ, ਗਰੰਟੀ ਦਿੰਦਾ ਸੀ, ਕਹਿੰਦਾ ਦਿੱਲੀ ਵਾਲੇ ਭਾਵੇਂ MSP ਲਾਗੂ ਕਰਨ ਨਾ ਕਰਨ, MSP 50% ਤੁਹਾਡੇ ਖਰਚੇ ਨਾਲੋਂ ਵੱਧ ਫਾਇਦਾ ਤੁਹਾਨੂੰ, ਕਹਿੰਦਾ ਦਿੱਲੀ ਵਾਲੇ ਦੇਣ ਨਾ ਦੇਣ, ਕੇਜਰੀਵਾਲ ਦਊ। ਮਿਲ ਗਿਆ ਜੀ, ਦੱਸੋ ਚੁੱਪ ਕਰਕੇ ਬੈਠੇ ਹੋ। ਜੰਡਿਆਲੇ ਵਾਲਿਆਂ ਨੂੰ ਦੇ ਤਾਂ ਨੀ ਗਿਆ ਕਿੱਥੇ ETO? ਪਰਮਜੀਤ ਤੈਨੂੰ ਕੀ ਪਤਾ ਲੱਗਣਾ, ਤੂੰ ਤਾਂ ਜਦੋਂ ਪੈਗ ਸ਼ੱਗ ਲਾ ਲਿਆ ਤੂੰ ਮੁੜ ਕੇ ਕਹਿਣਾ ਆ ਗਏ ਜੀ 100% ਆ ਗਏ। ਮੈਨੂੰ ਪਤਾ ਨਾ ਰੇਖ ਦਾ ਭਰਾਵੋ, ETO ਵਜ਼ੀਰ ਬਣ ਗਿਆ, ਮਗਰ ETO ਸਾਹਿਬ ਦੇ ਵਜ਼ੀਰ ਬਣੇ ਦਾ ਸਭ ਤੋਂ ਵੱਧ ਬਾਦਲ ਸਾਹਿਬ 32 ਦੇ ਕੱਟ ਜੰਡਿਆਲੇ ਹਲਕੇ ਚ ਲੱਗਦੇ ਤੇ ਮਜੀਠੇ ਹਲਕੇ ਚ ਲੱਗਦੇ। ਕਿਉਂ ਲੱਗਦੇ, ਕਿੰਨੀ ਲੱਗਦੇ ਬਿਜਲੀ ਦੇ ਕੱਟ? ਸਵੇਰੇ 3-4 ਘੰਟੇ, ਸ਼ਾਮ ਨੂੰ 3-4 ਘੰਟੇ ਬੱਤੀ ਆਉਂਦੀ, 12-15 ਘੰਟੇ ਮਸਾ ਹੀ ਆ, 10 ਘੰਟਿਆਂ ਦਾ ਕੱਟ ਹੀ ਚੱਲਦਾ ਇੱਥੇ। ਬਿਜਲੀ ਮੰਤਰੀ ਜੰਡਿਆਲਾ ਗੁਰੂ ਦਾ ਤੇ ਪਤਾ ਨੀ ਕਿਹੜੇ ਕੰਮ ਨੂੰ ਮਸਰੂਫ ਰਹਿੰਦਾ, ਦਰਸ਼ਨ ਦੁਰਸ਼ਨ ਨਹੀਂ ਦਿੰਦਾ ਛੇਤੀ, ਕਿਤੇ ਲੱਭਦਾ ਨਹੀਂ। ਔਰ ਸਭ ਤੋਂ ਵੱਧ ਜੇ ਬੱਤੀ ਦੇ ਜੁਰਮਾਨੇ ਕਿਸੇ ਹਲਕੇ 'ਚ ਹੋਏ ਆ ਜਾਂ ਕਿਸੇ ਜ਼ਿਲ੍ਹੇ 'ਚ ਹੋਏ ਆ, ਰਾਜਵੀਰ ਸਿੰਘ ਦੱਸ ਕਿੱਥੇ ਹੋਏ ਆ, ਸੁਖਰਾਜ ਸਿੰਘ ਦੱਸ ਕਿੱਥੇ ਹੋਏ ਆ, ਬਲਕਾਰ ਸਿੰਘ ਜੀ ਦੱਸੋ ਕਿੱਥੇ ਹੋਏ ਆ। ਜੰਡਿਆਲੇ ਬੋਲਦੇ ਕਿਉਂ ਨਹੀਂ, ਘਬਰਾਉਂਦੇ ਕਿਹੜੀ ਗੱਲ, ਜਿਹੜਾ ਲੱਗਣਾ ਜੁਰਮਾਨਾ ਲੱਗ ਹੀ ਜਾਣਾ ਸਵੇਰੇ। ਸਾਧ ਸੰਗਤ ਜੀ, ਹਾਲਾਤ ਇਹ ਬਣ ਗਏ ਕਿ ਨਾ ਕਿਸਾਨਾਂ ਦੀ ਸੁਣਦੇ ਆ, ਨਾ ਖੇਤ ਮਜ਼ਦੂਰਾਂ ਦੀ ਸੁਣਨ। ਕਿਸਾਨ ਖੁਦਕੁਸ਼ੀ ਰੁਕੀ ਨਹੀਂ ਸਾਧ ਸੰਗਤ ਜੀ, ਨਾ ਬੇਰੁਜ਼ਗਾਰਾਂ ਦੀ ਸੁਣਨ, ਨਾ ਇਹ ਨੌਜਵਾਨਾਂ ਦੀ ਸੁਣਨ, ਨਾ ਇੰਡਸਟਰੀ ਦੀ ਸੁਣਨ, ਨਾ ਵਪਾਰੀ ਦੀ ਸੁਣਨ। ਅੱਜ ਸਭ ਤੋਂ ਮਹਿੰਗੀ ਬੱਤੀ ਅੱਜ ਦੁਕਾਨਦਾਰ ਨੂੰ ਤੇ ਇੰਡਸਟਰੀ ਨੂੰ ਮਿਲਦੀ ਹੈ, ਇੰਡਸਟਰੀ ਛੱਡ ਛੱਡ ਪੰਜਾਬ ਭੱਜੀ ਜਾਂਦੀ ਹੈ। ਬਾਦਲ ਸਾਹਿਬ ਇਹ ਤਾਂ ਕਹਿੰਦੇ ਨਾ 300 ਯੂਨਿਟ ਮਾਫ, ਜਦੋਂ ਬੱਤੀ ਦੇਣੀ ਨਹੀਂ, ਬੱਤੀ 10 ਘੰਟੇ ਆਉਣੀ ਨਹੀਂ ਤੇ ਯੂਨਿਟ ਤਾਂ ਆਪ ਲੈਣੇ, ਤੇ ਜੇ ਕੋਈ ਹੀਟਰ ਲਾ ਲੈਂਦਾ, ਕਿਉਂਕਿ ਹੀਟਰ ਲਾਉਣ ਦੀ ਆਦਤ ਸਾਡੇ ਬਾਦਲ ਸਾਹਿਬ ਨੇ ਪਾਈ ਹੋਈ ਆ ਲੋਕਾਂ ਨੂੰ, ਉਦੋਂ ਕੋਈ ਆਉਂਦਾ ਨਹੀਂ ਸੀ ਛੇਤੀ ਕਦੇ ਕਿ ਬਿਜਲੀ ਵਾਲੇ ਨੂੰ ਅਸੀਂ ਪਿੰਡ ਨਹੀਂ ਵੜਨ ਦਿੰਦੇ ਸਾਂ। 300 ਯੂਨਿਟ ਛੱਡੋ, ਉਦੋਂ 1000-1000 ਯੂਨਿਟ ਤੱਕ ਲੋਕ ਬਾਲ ਛੱਡਦੇ ਸਨ, ਕੋਈ ਆਉਂਦਾ ਨਹੀਂ ਸੀ, ਤੇ ਹੁਣ ਵੇਖੋ ਜਿਹੜਾ ਆਉਂਦਾ 1,00,000 ਰੁਪਏ ਜੁਰਮਾਨਾ ਤਾਂ ਪਾ ਕੇ ਜਾਂਦਾ, ਮੈਨੂੰ ਲੱਗਦਾ ਛੇਤੀ ਕਿੱਥੇ ਤਾਂ ਨਹੀਂ ਮੁੜਦਾ। ਦੱਸੋ ਮੈਂ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ? ਆ ਭਾਊ ਸ਼ਾਹ ਚੁੱਪ ਬੈਠੇ ਯਾਰ, ਬੋਲਦੇ ਨਹੀਂ ਤੁਸੀਂ, ਜੇ ਮੈਂ ਕੋਈ ਗਲਤ ਗੱਲ ਕਰਾਂ ਰੋਕ ਲਿਆ ਕਰੋ। ਇਸ ਲਈ ਆ ਸਾਡੇ ਨੌਜਵਾਨਾਂ 'ਚ ਨਾ ਬੰਦੀ ਸਿੰਘਾਂ ਨੂੰ ਛੱਡਣ, ਔਰ ਬੰਦੀ ਸਿੰਘ ਤਾਂ ਕੀ ਛੱਡਣੇ ਸੀ, ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਸੀ, ਉਸ ਤੇ ਸਾਈਨ ਕਰਨ ਤੋਂ ਇਨਕਾਰ ਕਰਤਾ। ਮੇਰੇ ਵੀਰੋ ਕੱਲੀ ਉਹ ਨਹੀਂ, ਨੌਜਵਾਨਾਂ ਤੇ NSA ਲਾਤੀ, ਬੜੀਆਂ ਗੱਲਾਂ ਨੇ, ਕਿਉਂਕਿ ਅੱਗੇ ਵੀ ਪ੍ਰੋਗਰਾਮ ਤੇ ਜਾਣਾ, ਇਹ ਗੱਲਾਂ ਵਿਸਤਾਰ ਨਾਲ ਨਹੀਂ ਮੈਂ ਕਰਦਾ। ਸੰਖੇਪ 'ਚ ਦੱਸਦਾ ਕਿ ਬਾਦਲ ਸਾਹਿਬ ਅੱਜ ਡਿਵੈਲਪਮੈਂਟ ਆਉਣ ਦੀ ਕੋਈ ਚੀਜ਼ ਨਹੀਂ ਆ। 2 ਸਾਲਾਂ 'ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪੱਚ ਲਾਉਣ ਦਾ ਇਹਨੇ ਨੀਂਹ ਪੱਥਰ ਰੱਖਿਆ। ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪੱਚ ਲਾ ਦਿਆ ਕਰੂੰ, ਉਹਨੇ ਪੱਚ ਤਾਂ ਕੀ ਲਾਉਣੇ ਸੀ, ਹੁਣ ਆ ETO ਨਵਾਂ ਚੰਨੀ ਆ ਗਿਆ।
ਇਹ ਕਹਿੰਦਾ ਮੈਂ ਪੱਚ ਲਾ ਦੇਣੇ ਆ। ਮਗਰ ਇਹਨੇ ਨਾ ਕੋਈ ਨੌਕਰੀ, ਨਾ ਕੋਈ ਕਿਸਾਨਾਂ ਦੀ ਗੱਲ, ਨਾ ਕੋਈ ਬੱਤੀ ਦੇ ਹਾਲਾਤ ਚੰਗੇ। ਇਸ ਲਈ ਮੈਂ ਅੱਜ ਤੁਹਾਡੇ ਕੋਲ ਇਹ ਬੇਨਤੀ ਲੈ ਕੇ ਆਇਆ ਕਿ ਲਾਅ ਐਂਡ ਆਰਡਰ ਸਭ ਤੋਂ ਵੱਧ ਫਰੌਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ 'ਚ ਹੋ ਰਹੀ ਹੈ। ਰੋਜ਼ ਦੂਜੇ ਤੀਜੇ ਦਿਨ ਹੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੁੰਦਾ। ਇਸ ਲਈ ਹਾਲਾਤ ਬੜੇ ਵਿਗੜੇ ਨੇ ਔਰ ਮੈਨੂੰ ਲੱਗਦਾ ਜਦੋਂ ਈਡੀ ਦੇ ਸੰਮਨ ਜਾਰੀ ਹੁੰਦੇ ਆ ਪੰਜਾਬ ਵਾਲਿਆਂ ਨੂੰ ਪੈ ਜਾਂਦਾ ਈਡੀ ਦਾ ਸੰਮਨ। ਮੈਂ ਤਾਂ ਬੇਨਤੀ ਕਰਦਾ ਦਿੱਲੀ ਵਾਲੇ ਮੋਦੀ ਨੂੰ ਸਾਹਿਬ ਨੂੰ ਕਿ ਇਹਨੂੰ ਸੁੱਤੇ ਪਏ ਨੂੰ ਚੱਕ ਕੇ ਲੈ ਜਾਓ, ਕੇਜਰੀਵਾਲ ਨੂੰ ਜਦੋਂ ਲੈ ਕੇ ਜਾਣਾ ਉੱਥੋਂ ਚਿੱਠੀ ਤੁਸੀਂ ਕਲਾਉਂਦੇ ਹੋ, ਖਰਚਾ ਸਾਨੂੰ ਪੈ ਜਾਂਦਾ। ਪੁੱਛੋ ਕਿਵੇਂ, ਉਦੋਂ ਹੀ ਭਗਵੰਤ ਜਹਾਜ਼ ਫੜਦਾ ਅਤੇ ਉਹਨੂੰ ਲੈ ਕੇ ਅਤੇ ਕਦੇ ਗੋਆ ਨੂੰ, ਕਦੇ ਮੱਧ ਪ੍ਰਦੇਸ਼ ਨੂੰ, ਉਹ ਕਰੋੜਾਂ 'ਚ ਪੈਂਦਾ ਤਾਂ ਇੱਕ ਚਿੱਠੀ ਈਡੀ ਦੀ ਨਿਕਲਦੀ ਹੈ ਅਤੇ ਜਹਾਜ਼ ਦਾ ਖਰਚਾ ਪੰਜਾਬੀਆਂ ਦੇ ਸਿਰ ਅਤੇ ਜਹਾਜ਼ ਲੈ ਕੇ ਸਾਨੂੰ ਉਹਨੂੰ ਸਾਰਾ ਗੇੜਾ ਦਬਾਉਣਾ ਪੈ ਜਾਂਦਾ। ਇਸ ਲਈ ਇਹ ਬੇਨਤੀ ਹੈ ਜਿਨ੍ਹਾਂ ਨੇ ਸ਼ਰਾਬ ਦੇ ਘੁਟਾਲੇ ਕੀਤੇ ਆ, ਵੱਡੇ ਵੱਡੇ ਘੁਟਾਲੇ ਔਰ ਇੱਕੋ ਕੰਮ 'ਤੇ ਲੱਗੇ ਆ ਬਾਦਲ ਸਾਹਿਬ, ਇਹ ਵਿਆਹੀ ਕਰਾਈ ਜਾਂਦੇ ਆ ਕਈ ਇੱਕ। ਹਾਂ ਇਹਨਾਂ ਦਾ ਹੁੰਦਾ ਨਹੀਂ ਸੀ ਕਈਆਂ ਦਾ, ਕਿ ਅੱਜ ਭਗਵੰਤ ਨੇ ਵੀ ਦੂਜਾ ਕਰਾ ਲਿਆ। ਦੱਸੋ ਕਮਾਲ ਦਾ ਫੈਸਲਾ ਦਿੱਤਾ, ਵਧਾਈ ਹੈ ਕਹਿੰਦਾ ਤੁਹਾਨੂੰ ਸਭ ਨੂੰ। 26 ਜਨਵਰੀ ਵਾਲੇ ਦਿਨ, 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ, ਕੋਈ ਦੇਸ਼ ਦੀ ਗੱਲ ਕਰੇ, ਕੋਈ ਕਿਸਾਨ ਦੀ ਗੱਲ ਕਰੇ, ਕੋਈ ਨੌਜਵਾਨ ਦੀ ਗੱਲ ਕਰੇ, ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਹੈ, ਉਹਦੇ ਨਿਆਣਾ ਹੋਣ ਵਾਲਾ। ਦੱਸੋ ਕਾਹਦੀ ਵਧਾਈ ਭਾਈ, ਇਹਦੀ ਕਾਹਦੀ ਵਧਾਈ? ਉਹ ਜਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ, ਇਹ ਦਿਨ ਸੰਘਰਸ਼ ਦੇ ਹੁੰਦੇ ਆ, ਇਹ ਕਹਿੰਦਾ ਭਗਵੰਤ ਆਪ ਦੀ ਉਪਲਬਧੀ ਦੱਸੀ ਜਾਂਦਾ। ਉਹ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ, ਐਵੇਂ ਮਰੀ ਜਾਂਦਾ ਇਹ ਵੀ ਉੱਗਲ ਦੀ। ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਵ ਸਾਧ ਸੰਗਤ ਜੀ, ਆਹ ਹਾਲਾਤ ਬਣ ਗਏ। ਸ਼ਾਇਦ ਪਹਿਲਾਂ ਤੇ ਅਖੀਰਲਾ ਹੀ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੁਣ ਲਾ ਲਿਆ, ਦੂਜੇ ਤੋਂ ਹੁਣ ਤਾਂ ਮੈਂ ਬੁਲਾਉਂਦਾ ਨਹੀਂ, ਜਿਹੜਾ ਆਪਦੇ ਨਿਆਣਿਆਂ ਨੂੰ ਨਾ ਬੁਲਾਵੇ। ਸਾਧ ਸੰਗਤ ਜੀ ਉਹਨੇ ਤੀਜੇ ਨੂੰ ਕੀ ਪੁੱਛ ਲੈਣਾ? ਇਸ ਲਈ ਉਹ ਵਿਚਾਰੀ ਬੇਟੀ ਰੋਣ ਦੀ ਹੈ, ਉਹਦਾ ਫਿਕਰ ਕੋਈ ਨਹੀਂ। ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸੱਦ ਲੈਣ, ਮਗਰ ਮੈਂ ਵੀ ਨਹੀਂ ਹਟਦਾ ਬਾਦਲ ਸਾਹਿਬ, ਮੈਨੂੰ ਵੀ ਬੁਲਾ ਲੈਣ, ਇੱਕ ਵਾਰੀ ਬੁਲਾ ਲੈਣ, ਦੋ ਵਾਰੀ, ਪਹਿਲਾਂ 6 ਮਹੀਨੇ ਅੰਦਰ ਦੇ ਤਾ ਫੇਰ ਦੇ ਦੇਣਗੇ। ਮੁੜ ਕੇ ਤੁਸੀਂ ਪੁੱਛਣ ਪਾਛਣ ਤਾਂ ਆਓਗੇ ਨਾ ਮਾਝੇ ਵਾਲੇ ਹੋ ਕਿ ਨਹੀਂ ਆਓਗੇ? ਹਾਂ ਦੇਖੋ ਕਿੱਡੇ ਆਵੇ, ਆ ਵੇਖੋ ਮਾਝੇ ਵਾਲੇ ਕਿੱਡੇ ਚੰਗੇ ਆ, ਊ ਭਾਵੇਂ ਪੁੱਛਣ ਨਾ ਪੁੱਛਣ, ਕਹਿੰਦੇ ਅੰਦਰ ਦੇਤਾ ਤੈਨੂੰ ਜ਼ਰੂਰ ਪੁੱਛਣ ਆਵਾਂਗੇ। ਇਹ ਸਾਡੇ ਮਾਝੇ ਵਾਲੇ ਵੱਖਰੇ ਨੇ ਜੀ, ਇਹਨਾਂ ਨਾਲ ਤਾਂ ਇੱਡੀ ਮਾੜੀ ਹੋ ਰਹੀ ਹੈ ਕਿ ਦਿੱਲੀ ਦਾ ਰਾਜ ਇੱਕੋ ਵੇਖੋ ਬਲਕਾਰ ਸੋ, ਦੋ ਵਜ਼ੀਰ ਨੇ ਬਾਦਲ ਸਾਹਿਬ, ਇਹ ਇਹਨਾਂ ਨੂੰ ਤਾਂ ਮੁੱਖ ਮੰਤਰੀ ਦਾ ਹੀ ਅਹੁਦਾ ਦੇ ਦੇਵੇ, ਇੱਕ ਕਟਾਰੂ ਚੱਕ ਅਤੇ ਇੱਕ ਬਲਕਾਰ ਸੋ। ਉਹਦੀ ਜਿੱਦਣ ਵੀਡੀਓ ਆ ਗਈ ਨਾ ਬਾਦਲ ਸਾਹਿਬ, ਐਸਪੀ ਸਾਹਿਬ ਸਾਰੀ ਪੰਜਾਬ ਪੁਲਿਸ ਦੀ ਬਦਨਾਮੀ ਹੋਣੀ ਆ, ਉਹ ਵੀ ਪੰਜਾਬ ਪੁਲਿਸ ਦਾ ਅਫਸਰ ਰਿਹਾ। ਇਹ ਜੇ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ, ਮੈਂ ਇਹ ਜੇ ਕਲਾਕਾਰ ਵਜ਼ੀਰ ਬਣਾਏ ਆ ਜਿਨ੍ਹਾਂ ਨੂੰ ਸ਼ਾਇਦ ਸਮਾਜ 'ਚ ਲਿਜਾਣਾ ਵੀ ਔਖਾ, ਮਗਰ ਕਦੇ ਇੱਕ ਦਾ ਵਿਆਹ, ਕਦੇ ਦੂਜੇ ਦਾ ਵਿਆਹ, ਕਦੇ ਤਾਂ ਸੁੱਖ ਨਾਲ ਚਲੋ ETO ਸਾਹਿਬ ਦਾ ਹੋਇਆ ਸਲਾਮਤ ਰਹੇ, ਮਗਰ ਇਹਨਾਂ ਦਾ ਪਤਾ ਪੁਤਾ ਕੋਈ ਨਹੀਂ ਲੱਗਦਾ। ਬਸ ਇਹੀ ਖਬਰ ਆਉਂਦੀ ਹੈ ਕਿ ਸਾਡੇ ਨਿਆਣਾ ਹੋ ਰਿਹਾ ਵਧਾਈ ਹੋਵੇ, ਸਾਡੇ ਵਿਆਹ ਹੋ ਰਿਹਾ ਵਧਾਈ ਹੋਵੇ,
ਉਹ ਮਹਾਰਾਜ ਇੱਥੇ ਲੋਕਾਂ ਦੇ ਟੁੱਟਦੇ ਜਾਂਦੇ ਆ ਗਰੀਬੀ ਕਰਕੇ, ਅਨਪੜ੍ਹਤਾ ਕਰਕੇ, ਮਹਿੰਗਾਈ ਕਰਕੇ। ਉਹਨਾਂ ਦਾ ਵੀ ਨਿਆਣਿਆਂ ਦਾ ਫਿਕਰ ਕਰ ਲਓ, ਨਹੀਂ ਤਾਂ ਲੋਕਾਂ ਨੇ ਤੁਹਾਨੂੰ ਛੱਡਣਾ ਨਹੀਂ ਜੋ ਬਦਲਾਵ ਦੇ ਨਾਂ ਤੇ ਤੁਸੀਂ ਠੱਗੀ ਮਾਰੀ ਹੈ। ਇਸ ਲਈ ਮੈਂ ਲੰਮਾ ਨਾ ਜਾਂਦਾ ਹੋਇਆ ਤੁਹਾਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦਾ। ਔਰ ਛੱਜਲ ਵੱਡੀ ਸਾਹਿਬ, ਅੱਜ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੈ। ਅੱਜ ਸਾਰਾ ਹਲਕਾ ਇਕੱਠਾ ਹੋ ਕੇ ਤੁਹਾਡੇ ਨਾਲ ਆਇਆ। ਅੱਜ ਸੰਦੀਪ ਵੀ ਆਇਆ ਮੁੰਡਾ AR ਸਾਹਿਬ ਦਾ, ਇਹਦਾ ਵੀ ਧੰਨਵਾਦ ਹੈ ਕਿ ਅਸੀਂ ਸਾਰੇ ਜੋ ਪਾਰਟੀ ਨੇ ਤੁਹਾਨੂੰ ਅੱਗੇ ਲਾਇਆ, ਪਾਰਟੀ ਤੁਹਾਡੇ ਨਾਲ ਖਲੋਤੀ ਹੈ। ਤੁਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਨਾਲ ਲੋਕਾਂ ਨੂੰ ਨਾਲ ਲੈ ਕੇ ਚੱਲੋ। ਤੇ ਵੱਡੇ ਛੱਜਲ ਵੱਡੀ ਸਾਹਿਬ ਨੂੰ ਬੇਨਤੀ ਹੈ, ਮੇਰੀ ਗੱਲ ਦਾ ਗੁੱਸਾ ਨਾ ਕਰ ਦਿਓ। ਤੁਸੀਂ ਇਕੱਲਾ ਜਿਉਂਦੇ ਰਹੋ, ਜਿਉਂਦੇ ਰਹੋ, ਆਸ਼ੀਰਵਾਦ ਦੇਈ ਜਾ ਨਾ। ਕਈ ਵਾਰੀ ਤੁਸੀਂ ਵੀ ਕਰੰਟ ਜਿਹਾ ਲਾ ਦਿੰਦੇ ਹੁੰਦੇ ਮਾੜਾ ਮੋਟਾ, ਉਹ ਨਾ ਲਾਇਆ ਕਰੋ। ਜਿਹੜਾ ਆਵੇ ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ ਪੁੱਤ ਕਰੀ ਜਾਇਆ ਕਰੋ। ਨਿੱਕੇ ਨੇ ਆਪੇ ਗੱਡੀ ਪਾਰ ਲੰਘ ਜਾਣੀ। ਹੁਣ ਮੈਂ ਸੁਖਵੀਰ ਜੀ ਨੂੰ ਬੇਨਤੀ ਕਰਾਂ ਕਿ ਤੁਸੀਂ ਆ ਕੇ ਸੰਗਤ ਨੂੰ ਸੰਬੋਧਨ ਦਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਬਾਲ ਸਾਹਿਬ, ਬਾਦਲ ਸਾਹਿਬ, ਵੱਡਿਆਂ ਦੇ ਥੋਡਿਆਂ ਦੇ ਦਿੱਤੇ ਹੋਏ ਆਟੇ ਦਾਲ ਦੇ ਕਾਰਡ ਕੱਟ ਗਏ ਆ, ਸ਼ਗਨ ਸਕੀਮਾਂ, ਪੈਨਸ਼ਨ, ਇਹ ਸਾਰੀ ਗੱਲ ਦਾ ਜ਼ਰੂਰ ਜ਼ਿਕਰ ਕਰਕੇ ਜਾਇਆ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਕਾ। ਪਿਆਰ ਨੂੰ ਕਹਿਤਾ ਕਿ ਹੁਣ ਤੁਹਾਨੂੰ ਉਹ ਨਿੱਕੂ ਜਿਹਾ ਦਿੱਲੀਓ ਆਉਂਦਾ ਏਡਾ ਜਿਹਾ।